السلام علیکم، میں تہاڈا میزبان رانا عمران تے تسی دیکھ رہے ہو پنجاب دی ونڈ یوٹیوب چینل۔ جدہ کہ تہانوں پتہ کہ اسی تہانوں پنجاب دے رنگ دکھاندے رہی دا سارے، الحمدللہ اج وی اسی تہانوں ایک ایسا نظام دکھان لگے جتھے جھونا لگے گا۔ جھونا کئی لوگ جھونا کہندے نے، کئی لوگ جیری کہندے نے، تہاڈے علاقے وچ اینوں کی کہندے او وی سانا ذرا شیئر کر دیو۔ جھونا کہندے یا جیری کہندے یا ہور کچھ کہندے آ؟ تے ٹوول چل رہا نال دیسی طریقے نال بول دے نال، جدہ ٹگے کئی کہندے آ کئی بول کہندے آ، انہاں دے نال اے سارا کدو کیتا جا رہا۔ تے اج اسی انشاءاللہ تہانوں اے پنجاب دا اے وی ایک رنگ دکھاواں گے، ٹوول چل رہا اور نال جھونے دا موسم آ۔ ساڈے علاقے تے اینوں جھونا کہندے آ، تہاڈے علاقے چ کی کہندے آ او وی سانوں تسی کمنٹ وچ ضرور دسنا، تے آؤ تہانوں اسی دکھانے آ۔ آمد ہاں، دیکھو کھجور لگی ہوئی ہیں اتنے۔ یہ دیکھو جی، یار دونوں سارے یوٹیوبر کھلوتے ہیں، یہ رانا عمران تے لالا وکار۔ تو جدا کہ تمہیں پتا وا کہ اس ٹائم اِسی پنجاب دے تانوں رنگ وکھان لگے ہاں۔ دیکھو تڑ توڑی دی تاں نظر آ رہی ہے، تے اس تو بعد اے دیکھو بندہ ہل لے کے آ رہا۔ ਨਹੀਂ ਨਹੀਂ ਪਹਿਲੇ ਇੱਕ ਡੀ ਐਸ ਆਰ ਲੈ ਲਓ, ਫਿਰ ਇਹਨੂੰ ਵੇਚੋ, ਐਵੇਂ ਨਾ ਹੁਣੇ ਵੇਚ ਦਿਓ। ਯਾਰ ਨਹੀਂ ਰਹਿੰਦੇ ਨਾ ਸੀ, ਇੱਕ ਗੇੜਾ ਵੱਧ ਹੀ ਆਜੂਗਾ ਕੀ ਆ। ਜਾਂ ਉੱਧਰੋਂ ਹੋ ਵਿਕਾਰ ਹੈ, ਤੈਨੂੰ ਪਤਾ ਹੱਥੀ ਫੜਿਆ ਕਿੱਦਾਂ ਚੱਲੀ ਵੀਡੀਓ। دو
ਦੋਸਤੋ ਇਹ ਦੇਖੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਲਕੁਲ ਦੇਸੀ ਤਰੀਕੇ ਨਾਲ ਕੱਦੂ ਹੁੰਦਾ ਅੱਜ ਕੱਲ੍ਹ ਤਾਂ ਵੈਸੇ ਟਰੈਕਟਰਾਂ ਨਾਲ ਹੋਣ ਲੱਗ ਪਿਆ ਲੇਕਿਨ ਅੱਜ ਵੀ ਕਈ ਜ਼ਿਮੀਦਾਰ ਐਸੇ ਨੇ ਕਿ ਜਿਹੜੇ ਦੇਸੀ ਤਰੀਕੇ ਨਾਲ ਕੱਦੂ ਕਰਦੇ ਨੇ ਅਤੇ ਸਾਡੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਸਾਰੇ ਪੰਜਾਬ ਦੇ ਰੰਗ ਪੰਜਾਬ ਦਾ ਵਿਰਸਾ ਪੰਜਾਬ ਦਾ ਸਾਰਾ ਨਿਜ਼ਾਮ ਦਿਖਾਉਂਦੇ ਰਹੀਦਾ ਅਤੇ ਮਾਸ਼ਾਅੱਲਾ ਦੇਖੋ ਧੱਗੇ ਸਾਹਮਣੇ ਆ ਰਹੇ ਆ ਦੇਸੀ ਤਰੀਕੇ ਨਾਲ ਬਿਲਕੁਲ ਕੱਦੂ ਹੋ ਰਿਹਾ ਅਤੇ ਜਿਹੜੇ ਲੋਕ ਚਾਵਲ ਦੇ ਸ਼ੌਕੀਨ ਆ ਸ਼ਹਿਰ ਦੇ ਖਾਸ ਕਰ ਲੋਕ ਉਹ ਥੋੜ੍ਹਾ ਜਿਹਾ ਦੇਖ ਲੈਣ ਕਿ ਕਿੱਡੀ ਮਿਹਨਤ ਹੁੰਦੀ ਆ ਸਭ ਤੋਂ ਪਹਿਲੇ ਟਰੈਕਟਰ ਨਾਲ ਜਾਂ ਢੱਗਿਆ ਨਾਲ ਇਹਦੀ ਵਹਾਈ ਹੁੰਦੀ ਆ ਫਿਰ ਉਸ ਤੋਂ ਬਾਅਦ ਇਹ ਦੇਖੋ ਸਾਹਮਣੇ ਪਾਣੀ ਛੱਡ ਕੇ ਅਤੇ ਕਿੱਡੀ ਮਿਹਨਤ ਜ਼ਿਮੀਦਾਰ ਕਰ ਰਿਹਾ ਅਤੇ ਇਸ ਤੋਂ ਬਾਅਦ ਫਿਰ ਜਾ ਕੇ ਅਤੇ ਉੱਤੇ ਚਾਵਲ ਦੀ ਜਿਹੜੀ ਉਹ ਫਸਲ ਜਿਹੜੀ ਬੀਜੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਫਿਰ 6-7 ਮਹੀਨਿਆਂ ਦੇ ਵਿੱਚ ਉਹ ਤਿਆਰ ਹੁੰਦੀ ਹੈ ਅਤੇ ਉਹ ਸਾਰਾ ਤੁਹਾਨੂੰ ਅਸੀਂ ਇਨਸ਼ਾਅੱਲਾ ਦੇਖੋ ਦਿਖਾ ਰਹੇ ਹਾਂ ਟਿਊਬਵੈੱਲ ਚੱਲ ਰਿਹਾ ਮਾਸ਼ਾਅੱਲਾ ਬੱਚੇ ਨਹਾ ਰਹੇ ਨੇ ਗਰਮੀ ਦਾ ਮੌਸਮ ਆ ਅਤੇ ਜੇ ਤੁਹਾਨੂੰ ਸਾਡੀ ਵੀਡੀਓਜ਼ ਅੱਛੀ ਲੱਗਦੀ ਹੈ ਅਸੀਂ ਜਿਤਨੇ ਵੀ ਇੰਟਰਵਿਊ ਵਗੈਰਾ ਵੀ ਕਰਦੇ ਹਾਂ ਜਾਂ ਪੁਰਾਣੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਹਾਂ ਅਗਰ ਅੱਛੀਆਂ ਲੱਗਦੀਆਂ ਨੇ ਤਾਂ ਕਮੈਂਟ ਕਰਕੇ ਜ਼ਰਾ ਸਾਨੂੰ ਦੱਸ ਦਿਆ ਕਰੋ ਜਿਹੜੀ ਚੀਜ਼ ਦਾ ਸਾਨੂੰ ਨਹੀਂ ਪਤਾ ਉਹਦੇ ਬਾਰੇ ਵੀ ਗਾਈਡ ਕਰ ਦਿਆ ਕਰੋ ਕਮੈਂਟ ਕਰਨਾ ਜ਼ਰਾ ਸਾਡੀ ਹੌਸਲਾ ਅਫਜ਼ਾਈ ਹੋ ਜਾਂਦੀ ਹੈ ਥੈਂਕ ਯੂ ਜਨਾਬ ਸ਼ੁਕਰੀਆ